ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਤਰਨਜੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਮਿਸਰ ਦਾ ਯਾਤਰੀਆਂ ਨਾਲ ਭਰਿਆ ਜਹਾਜ਼ ਹੋਇਆ ਅਗਵਾ। ਪਠਾਨਕੋਟ ਅੱਤਵਾਦੀ ਹਮਲੇ ਸਬੰਧੀ ਪਾਕਿਸਤਾਨ ਦੀ ਜਾਂਚ ਟੀਮ ਨੇ ਕੀਤਾ ਘਟਨਾ ਸਥਾਨ ਦਾ ਦੌਰਾ। ਬਰਨਾਲਾ ਵਿਖੇ ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ। ਨਾਭਾ ਵਿਖੇ ਇਲਾਜ ਕਰਵਾਉਣ ਆਇਆ ਕੈਦੀ ਫਰਾਰ। ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਰੋਸ ਧਰਨਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪਦਮ ਭੂਸ਼ਣ ਸਨਮਾਨ ਲੈਣ ਤੋਂ ਬਾਅਦ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਅੱਜ ਜਦੋਂ ਜਲੰਧਰ ਅਜੀਤ ਭਵਨ ਵਿਚ ਪਹੁੰਚੇ ਤਾਂ ਉਨ੍ਹਾਂ ਦਾ ਅਜੀਤ, ਅਜੀਤ ਸਮਾਚਾਰ ਦੇ ਸਟਾਫ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਵੱਲੋਂ ਬੈਂਡ ਵਾਜਿਆਂ ਨਾਲ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ। ਸਟਾਫ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ। ਇਸ ਮੌਕੇ ਸਟਾਫ ਮੈਂਬਰਾਂ ਤੋਂ ਇਲਾਵਾ ਸਰਦਾਰ ਹਰਪ੍ਰੀਤ ਸਿੰਘ, ਉੱਘੇ ਕਾਂਗਰਸੀ ਆਗੂ ਸਰਦਾਰ ਤੇਜਿੰਦਰ ਸਿੰਘ ਪਿੱਟੂ ਅਤੇ ਲਵਲੀ ਯੂਨੀਵਰਸਿਟੀ ਦੇ ਸ੍ਰੀ ਰਮੇਸ਼ ਮਿੱਤਲ ਵੀ ਮੌਜੂਦ ਸਨ। ਡਾ. ਹਮਦਰਦ ਨੂੰ ਇਹ ਵਕਾਰੀ ਸਨਮਾਨ ਮਿਲਣ ਦੀ ਖੁਸ਼ੀ ਸਾਰਿਆਂ ਦੇ ਚਿਹਰਿਆਂ ਤੋਂ ਡੁੱਲ ਡੁੱਲ ਪੈ ਰਹੀ ਸੀ। ਇਸ ਤੋਂ ਪਹਿਲਾਂ ਡਾ. ਬਰਜਿੰਦਰ ਸਿੰਘ ਹਮਦਰਦ ਜਦੋਂ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚੇ ਤਾਂ ਉੱਥੇ ਵੀ ਅਜੀਤ ਦੇ ਅੰਮ੍ਰਿਤਸਰ ਉਪ ਦਫ਼ਤਰ ਦੇ ਸਮੂਹ ਕਰਮਚਾਰੀਆਂ, ਪੱਤਰਕਾਰਾਂ ਅਤੇ ਇਲਾਕੇ ਦੀਆਂ ਉੱਘੀਆਂ ਹਸਤੀਆਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਨਿੱਘਾ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਪ੍ਰਾਪਤ ਹੋਏ ਪਦਮ ਭੂਸ਼ਣ ਸਨਮਾਨ ਨੂੰ ਅਜੀਤ, ਅਜੀਤ ਸਮਾਚਾਰ ਤੇ ਸਮੂਹ ਪੰਜਾਬੀਆਂ ਦੀ ਵੱਡੀ ਪ੍ਰਾਪਤੀ ਕਰਾਰ ਦਿੱਤਾ। ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤਾ ਗਿਆ ਪਦਮ ਭੂਸ਼ਣ ਪੁਰਸਕਾਰ, ਮੈਂ ਸਮਝਦਾ ਕਿ ਇਹ ਸਾਰੇ ਅਜੀਤ ਸਮੂਹ ਦੀ, ਅਜੀਤ ਅਦਾਰੇ ਦੀ, ਅਜੀਤ ਨੂੰ ਪਿਆਰ ਕਰਨ ਵਾਲੇ ਇਹਦੇ ਨਾਲ ਬੜੇ ਲੰਬੇ ਸਮੇਂ ਤੋਂ ਜਿਹੜੇ ਲੱਖਾਂ ਜਿਹੜੇ ਪਾਠਕ ਆ, ਹਮਦਰਦ ਆ, ਉਹ ਜਿਹੜੇ ਜੁੜੇ ਰਹੇ ਆ, ਮੈਂ ਮਹਿਸੂਸ ਕਰਦਾ ਕਿ ਇਹ ਪੁਰਸਕਾਰ ਉਹਨਾਂ ਸਾਰਿਆਂ ਲਈ ਹੈ। ਸਾਡੇ ਉੱਤਰੀ ਭਾਰਤ 'ਚ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ 'ਚ ਅਜੀਤ ਅਤੇ ਅਜੀਤ ਸਮਾਚਾਰ ਦੇ ਹਜ਼ਾਰਾਂ ਹੀ ਪੱਤਰਕਾਰ ਜਿਹੜੀ ਪ੍ਰਤੀਨਿਧਤਾ ਕਰ ਰਹੇ ਆ, ਇਹ ਜਿਹੜਾ ਭਾਰਤ ਸਰਕਾਰ ਵੱਲੋਂ ਇਸ ਪੁਰਸਕਾਰ ਲਈ ਮੈਂ ਇੱਕ ਪ੍ਰਤੀਨਿਧ ਹਾਂ, ਜਿਹੜੀ ਇਹ ਚੋਣ ਕੀਤੀ ਗਈ ਹੈ ਉਹ ਸਾਡੇ ਸਾਰੇ ਸਮੂਹ ਅਜੀਤ ਦੀ ਹੈ। ਇਸ 'ਤੇ ਮੈਂ ਮਹਿਸੂਸ ਕਰਦਾ ਕਿ ਦੇਸ਼ ਅਤੇ ਵਿਦੇਸ਼ 'ਚ, ਖਾਸ ਕਰਕੇ ਦੁਨੀਆ ਭਰ 'ਚ ਜਿਹੜੇ ਪੰਜਾਬੀ ਹੈ ਉਹ ਬੜੇ ਸੰਤੁਸ਼ਟ ਅਤੇ ਖੁਸ਼ ਹੋਏ ਹੋਣਗੇ। ਮੈਂ ਇੱਕ ਵਾਰ ਫਿਰ ਆਪਣੇ ਸਮੂਹ ਪੰਜਾਬੀਆਂ ਨੂੰ, ਜਿਨ੍ਹਾਂ ਦੀ ਮੈਂ ਪ੍ਰਤੀਨਿਧਤਾ ਕਰਦਾ, ਆਪਣੇ ਦੋਸਤਾਂ ਨੂੰ, ਸਾਥੀਆਂ ਨੂੰ, ਆਪਣੇ ਸਹਿਯੋਗੀਆਂ ਨੂੰ ਅਤੇ ਸਮੂਹ ਜਿਹੜੇ ਪੱਤਰਕਾਰ ਬਰਾਦਰੀ ਹੈ ਪੰਜਾਬ ਦੀ, ਪੰਜਾਬੀ ਜਿਹੜੇ ਅਜੀਤ ਨਾਲ ਜੁੜੇ ਆ, ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਦੇਣਾ। ਸ਼ੁਕਰੀਆ। ਅੱਜ ਮਿਸਰ ਦੇ ਇੱਕ ਯਾਤਰੀ ਜਹਾਜ਼ ਨੂੰ ਅਗਵਾ ਕਰ ਲਏ ਜਾਣ ਦੀ ਖਬਰ ਏ। ਦੱਸਿਆ ਜਾ ਰਿਹਾ ਹੈ ਕਿ ਮਿਸਰ ਦਾ ਸਵਾਰੀਆਂ ਨਾਲ ਭਰਿਆ ਇਹ ਜਹਾਜ਼ ਅਲੈਗਜ਼ਾਂਡਰੀਆ ਤੋਂ ਕਾਹਰੋ ਜਾ ਰਿਹਾ ਸੀ, ਜਿਸ ਨੂੰ ਅਗਵਾ ਕਰਨ ਉਪਰੰਤ ਸਾਈਪਰਸ ਵਿਖੇ ਅਗਵਾਕਾਰਾਂ ਵੱਲੋਂ ਉਤਾਰ ਲਿਆ ਗਿਆ, ਜਿੱਥੇ ਜਹਾਜ਼ ਵਿਚ ਸਵਾਰ ਕਰਮਚਾਰੀਆਂ ਤੇ 4 ਵਿਦੇਸ਼ੀ ਸਵਾਰੀਆਂ ਤੋਂ ਇਲਾਵਾ ਸਭ ਨੂੰ ਛੱਡ ਦਿੱਤਾ ਗਿਆ। ਸਾਈਪਰਸ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਇੱਕ ਰਿਪੋਰਟ ਮੁਤਾਬਿਕ ਜਹਾਜ਼ ਵਿਚ 7 ਕਰਮਚਾਰੀਆਂ ਤੋਂ ਇਲਾਵਾ ਕੁੱਲ 55 ਸਵਾਰੀਆਂ ਮੌਜੂਦ ਸਨ। ਖਬਰ ਇਹ ਵੀ ਏ ਕਿ ਇਸ ਜਹਾਜ਼ ਵਿਚ ਕੋਈ ਵੀ ਭਾਰਤੀ ਨਾਗਰਿਕ ਮੌਜੂਦ ਨਹੀਂ ਸੀ। ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਅੱਜ ਪਾਕਿਸਤਾਨ ਵੱਲੋਂ ਬਣਾਈ ਗਈ ਸਾਂਝੀ ਜਾਂਚ ਟੀਮ ਪਠਾਨਕੋਟ ਏਅਰਬੇਸ ਦੇ ਹਮਲੇ ਵਾਲੀ ਜਗ੍ਹਾ ਤੇ ਨਿਰੀਖਣ ਕਰਨ ਦੇ ਲਈ ਪਹੁੰਚੀ, ਜਿੱਥੇ ਉਨ੍ਹਾਂ ਘਟਨਾ ਵਾਲੀ ਥਾਂ ਤੇ ਆਸ ਪਾਸ ਦੇ ਇਲਾਕਿਆਂ ਦੇ ਨਾਲ ਨਾਲ ਬਮਿਆਲ ਸਰਹੱਦ ਦਾ ਵੀ ਦੌਰਾ ਕੀਤਾ। ਉਥੇ ਇਸ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਵੱਲੋਂ ਨਿਰੀਖਣ ਕਰਨ ਪਹੁੰਚੀ ਟੀਮ ਤੋਂ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਆਸ ਜਤਾਈ ਜਾ ਰਹੀ ਏ। ਪਾਕਿਸਤਾਨ ਟੀਮ ਇਸ ਕੋ ਅੱਛੇ ਸੇ ਨਿਰਣੇ ਲੈਣਾ ਚਾਹੀਏ, ਕਿਆ ਬਾਤ ਹੋ ਰਹੀ, ਕਿਆ ਨਹੀਂ ਹੋ ਰਹੀ, ਕੈਸੇ ਹੁਆ, ਕਿਆ ਹੁਆ, ਕਿਸਨੇ ਕਰਾ ਕਿ ਨਹੀਂ ਕਰਾ, ਔਰ ਜੋ ਵੀ ਹੈ ਉਸਕੋ ਕਲੀਅਰ ਸਾਹਮਣੇ ਲਿਆਉਣਾ ਚਾਹੀਏ। ਜਿਹੜੀ ਸਰ ਪਾਕਿਸਤਾਨ ਤੋਂ ਜਾਂਚ ਕਰਨ ਲਈ ਪਠਾਨਕੋਟ ਏਅਰਬੇਸ ਵਿੱਚ ਟੀਮ ਆ ਰਹੀ ਹੈ, ਮੈਂ ਚਾਹੁੰਦਾ ਕਿ ਇਹ ਪੂਰੀ ਚੰਗੀ ਤਰ੍ਹਾਂ ਜਾਂਚਕਾਰੀ ਕਰੇ ਔਰ ਦੋਸ਼ੀਆਂ ਨੂੰ ਸਜ਼ਾ ਦੇ, ਨਾ ਕਿ ਕੋਈ ਫਾਰਮੈਲਿਟੀ ਕਰੇ।
उधर दिल्ली विखे आम आदमी पार्टी के विधायकों वालों पाकिस्तान तो आई इस टीम का पाकिस्तान वापस जाओ दे बैनर दिखा के विरोध किया गया। सूबे अंदर आए दिन कर्जे के सताए किसानों वालों खुदकुशियां करने के मामले सामने आ रहे हैं। ताजा मामला बरनाला के पिंड विधाते का है जिथे निर्भय सिंह नामक एक किसान ने अज जहरीली दवाई पी के अपनी जीवन लीला समाप्त कर ली। दसिया जा रहा है कि मृतक निर्भय सिंह वक-वक बैंकों के 8 लाख रुपए का कर्जाई सी पर आर्थिक हालत ठीक न होने कारण कर्जा वापिस नहीं सी कर पा रहा सी जिसके चलदे उसने अज मौत नूं गले लगा लिया। उधर पुलिस ने मामला दर्ज कर अगली कार्रवाई शुरू कर दी है। जी गरीबी तौर तो निरभय सिंह बहुत चट तो ला के जी तुरिया आ गरीब बंदा है ये घर के भी नर्म बंदे है बच्चे भी ये जी नर्म एक ब्यौन है एक ब्याह है तो पहला तो ये कर्जा देना नहीं बैंक का कर्जा देना आड़ती का भी जी ये घरों बहुत गरीबी तौर पर है गौरमेंट को सहायता देनी चाहिए जी वध तो वध। ये जी निरभय सिंह पुत्र अजैब सिंह पिंड बधाते किसान सीगा जी ये करजे पक्षों की आर्थिक तंगी सी जी वो तो सरों दियाँ अड्डा वढ़न गया कणक दे विचों उत्थे ने कोई जहरीली चीज़ पी के आपकी जीवन लीला खत्म कर ली तो करजे का सताया होया सी 174 की कार्रवाई वो बेटे के बयानते हो रही है। पंजाब विच दिनों दिन जेलों विच बंद कैदियों वालों भजन दियां घटनावां विच वाधा हुंदा जा रहा है। भारी पुलिस फोर्स के बावजूद भी गुंडा अंसर साथियों नूं भजाउण विच सफल दिखाई दे रहे हैं जिसके चलदे नाभा की मैक्सीमम सिक्योरिटी जेल विच बंद कैदी पलविंदर सिंह जो कि नाभा के सरकारी हस्पताल विच इलाज करवाउण लई पुलिस पार्टी की देखरेख विच आया सी जो अपने साथियों की मदद नाल फरार हो गया। दसिया जाता है कि हस्पताल पहुंचने ते कैदी के सात के करीब साथी पुलिस मुलाजमान दी अखां विच मिर्चा पा के शरेआम 15 के करीब हवाई गोलियां चला के कैदी बलविंदर सिंह नूं भजा के लै गए। इस दौरान एक पुलिस कॉन्सटेबल की गोली लगन कारण उसकी हालत ज्यादा गंभीर हो गई जिस नूं पटियाला रैफर कर दिता है। हुण पुलिस फरार हुए कैदी ते उसके साथियों की भाल विच जुट गई है। असीं जेल चों कैदी नूं दवाई दवाउण वास्ते लै के आने हुंदे आ। एक कैदी सीगा साडे नाल, असीं कैदी नूं मतलब उहने जाड़ां कढाउणियां सीगियां, कहिंदा मैं जाड़ां कढाउणियां ने। असीं जाड़ां वाले डाक्टर साहब कोल लै के गए, मैडम ने उहदा एक्सरा लिखता। एक बंदा साडे नाल उहदा एक्सरा कराउण चला गया ते असीं उहनूं मतलब जिथे एक्सरे हुंदे उह साइड लै के जा रहे सी, अपनी बैन कोल पहुंचे सी अजे तक ते उधरों मतलब चार बंदे तां मैनूं पै गए इकट्ठे, मेरी अखां 'च मिर्चां पाईआं ते मतलब मैनूं दब लिया उहनां ने ते एक बंदे ने दो तीन बंदे ने मतलब दूसरे बंदे नूं कुछ किया जां की किया मतलब मैनूं नहीं दिखा। किन्ने टोटल बंदे किन्ने आए बंदे वो 6-7 बंदे दिख रहे। तुसीं किन्ने बंदे आए थी लैके? असीं 4 बंदे सीगे जी। ये नवी जेल चो या पुरानी जेल चो लैके? कतल कुतल दे केस च आए, अंडर ट्रायल है जी उहदे, अजे केस चल रहा है। पटियाला दी भाषा विभाग वालों शुरू किया गया पंजाबी हफ्ता अज संपन्न हो गया। इस मौके कैबिनेट मंत्री सुजीत सिंह रखड़ा ने मुख तौर ते शिरकत की थी। कैबिनेट मंत्री रखड़ा ने भाषा विभाग नूं वधाई दिंदिया कहा कि अज इस समागम विच पंजाबी साहित्य नाल जुड़ियां किताबां दे स्टॉल लगाए गए ने तां जो साडी नौजवान पीढ़ी अपनी मात भाषा प्रति सुचेत हो सके। उन्हां कहा कि अज विश्व दे हर कोने विच पंजाबी भाषा बोली जा रही है जो साडे लई इक माण वाली गल है। इस समागम विच पंजाबी साहित्य विच योगदान पाउण वालियां शख्सियतां नूं वख-वख पुरस्कारां नाल सन्मानित भी ਕੀਤਾ ਗਿਆ। ਤੁਸੀਂ ਦੇਖਿਆ ਵੀ ਕਿੰਨਾ ਮੇਲਾ ਭਰਿਆ, ਕਿੰਨੇ ਲੋਕ ਆਏ ਨੇ, ਇਹ ਸਾਰਾ ਹਫ਼ਤਾ ਚੱਲਦਾ ਰਿਹਾ ਅਤੇ ਤੁਸੀਂ ਕਿਤਾਬਾਂ ਦੇ ਸਟਾਲ ਦੇਖੇ ਨੇ, ਤਕਰੀਬਨ ਸਾਰੀ ਦੁਨੀਆ ਦੀਆਂ ਕਿਤਾਬਾਂ ਇੱਥੇ ਇਕੱਠੀਆਂ ਹੋਈਆਂ ਨੇ। ਲੋਕਾਂ ਦੇ ਵਿੱਚ ਬਹੁਤ ਬੜਾ ਉਤਸ਼ਾਹ ਹੈ ਅਤੇ ਭਾਸ਼ਾ ਵਿਭਾਗ ਕਾਫ਼ੀ ਤਰੱਕੀਆਂ 'ਤੇ ਜਾ ਰਿਹਾ, ਬਹੁਤ ਅੱਗੇ ਵੱਧ ਰਿਹਾ। ਮੈਂ ਇਸ ਗੱਲ ਦੀ ਵਧਾਈ ਦਿੰਦਾ ਡਾਕਟਰ ਸਾਹਿਬ ਨੂੰ ਔਰ ਮੈਂ ਚਾਹੁੰਦਾ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਹੋਰ ਅੱਗੇ ਲੈ ਕੇ ਜਾਈਏ। ਪੰਜਾਬੀ ਦੇ ਵਿੱਚ ਪੰਜਾਬੀਆਂ ਨੇ ਦੁਨੀਆ ਦੇ ਵਿੱਚ ਰਹਿ ਕੇ ਬਹੁਤ ਬੜੀ ਤਰੱਕੀ ਕੀਤੀ ਹੈ, ਪਰ ਹਮੇਸ਼ਾ ਕੰਮ ਉਹ ਜਿਉਂਦੀਆਂ ਰਹਿੰਦੀਆਂ ਨੇ ਜਿਹੜੀ ਆਪਣੀ ਭਾਸ਼ਾ ਨੂੰ, ਆਪਣੀ ਲੈਂਗੁਏਜ ਨੂੰ, ਆਪਣੀ ਬੋਲੀ ਨੂੰ, ਮਾਂ ਬੋਲੀ ਨੂੰ ਅੱਗੇ ਵਧਾਉਂਦੀਆਂ ਨੇ। ਨਿੱਜੀ ਸਕੂਲਾਂ ਵੱਲੋਂ ਫੀਸਾਂ ਵਧਾਉਣ ਦੇ ਵਿਰੋਧ ਵਿੱਚ ਅੱਜ ਫਾਜ਼ਿਲਕਾ ਵਿਖੇ ਪੇਰੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਰਕਾਰ ਨਿੱਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਖਸੁੱਟ ਤੇ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੀ 31 ਮਾਰਚ ਤੋਂ ਪਹਿਲਾਂ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਸਮਾਂ ਰਹਿੰਦਿਆਂ ਸਕੂਲਾਂ ਵਿੱਚ ਦਾਖਲਾ ਮਿਲ ਸਕੇ। ਦੂਜੇ ਪਾਸੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦਾ ਕਹਿਣਾ ਹੈ ਕਿ ਇਸ ਸਬੰਧੀ ਪਹਿਲਾਂ ਹੀ
एक कमेटी का गठन किया जा चुका है जिस को पहुंच के ये लोग अपनी समस्या तो जानू करवा सकते हैं। ਡੀਸੀ ਸਾਹਿਬ ਕੋਲ ਪੇਰੈਂਟਸ ਦੀ ਮੰਗ ਪੱਤਰ ਲੈ ਕੇ ਵੀ ਜਿਹੜਾ ਨਿੱਜੀ ਸਕੂਲਾਂ ਨੂੰ ਲੁੱਟ ਹੋ ਰਹੀ ਹੈ, ਰੀਐਡਮਿਸ਼ਨ ਲਈ ਜਾ ਰਹੀ ਹੈ, ਬਿਲਡਿੰਗ ਫੰਡ ਲਿਆ ਜਾ ਰਿਹਾ ਅਤੇ ਆਪਦੀ ਮਰਜ਼ੀ ਨਾਲ ਹੀ ਫੀਸਾਂ ਵੱਧ ਵਧਾ ਲੈਂਦੇ ਨੇ, ਕਿਤਾਬਾਂ ਵੀ ਸਾਨੂੰ ਮਜਬੂਰ ਕਰ ਦੇਣੇ ਵੀ ਇਸ ਦੁਕਾਨ ਤੋਂ ਲਈਆਂ ਜਾਣ ਜਦੋਂ ਕਿ ਉਹ ਮਨ ਮਰਜ਼ੀ ਦੇ ਰੇਟ ਲਾਉਂਦੇ ਨੇ। ਅਸੀਂ ਚਾਹੁੰਦੇ ਹਾਂ ਵੀ ਕਿਤਾਬਾਂ ਵੀ ਪੂਰੇ ਜਿਹੜੇ ਬਾਜ਼ਾਰ 'ਚ ਦਿੱਤੀਆਂ ਜਾਣ। ਡੀਸੀ ਸਾਹਿਬ ਨੇ ਕੋਈ ਸਾਨੂੰ ਠੋਸ ਜਵਾਬ ਨਹੀਂ ਦਿੱਤਾ, ਉਹਨਾਂ ਇੱਕ ਕਮੇਟੀ ਕੋਲ ਭੇਜ ਕਿਹਾ ਜੀ ਜਾਓ ਤੁਸੀਂ ਚੰਡੀਗੜ੍ਹ, ਉੱਥੇ ਜਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਗੀ। ਅਤੇ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਫਿਰੋਜ਼ਪੁਰ ਦੇ ਡੀਸੀ ਸਾਹਿਬ ਨੇ ਅੱਜ ਬਿਆਨ ਉਹਨਾਂ ਦਾ ਲੱਗਾ, ਉਹਨਾਂ ਆਰਡਰ ਕੀਤੇ ਆ ਪ੍ਰਾਈਵੇਟ ਸਕੂਲਾਂ ਨੂੰ ਵੀ ਇਹ ਰੀਐਡਮਿਸ਼ਨ ਨਾ ਲਈ ਜਾਵੇ। ਅਸੀਂ ਚਾਹੁੰਦੇ ਹਾਂ ਕਿ ਵੀ ਫਾਜ਼ਿਲਕਾ ਡੀਸੀ ਵੀ ਇਹ ਆਰਡਰ ਕਰਨ ਜਲਦ ਤੋਂ ਜਲਦ ਸਕੂਲਾਂ ਨੂੰ ਵੀ ਇਹ ਨਾ ਲੈ ਜਾਣ। ਅੱਜ ਪੇਰੈਂਟਸ ਐਸੋਸੀਏਸ਼ਨ ਵੱਲੋਂ ਸਾਨੂੰ ਇਹ ਮੈਮੋਰੈਂਡਮ ਦਿੱਤਾ ਗਿਆ ਕਿ ਫਾਜ਼ਿਲਕਾ ਦੇ ਕੁਝ ਪ੍ਰਾਈਵੇਟ ਸਕੂਲਸ ਹੈ ਜੋ ਬਹੁਤ ਹੀ ਐਗਜ਼ੋਰਬਿਟੈਂਟ ਫੀਸ ਚਾਰਜ ਕਰ ਰਹੇ ਹੈ ਅਤੇ ਉਹਨਾਂ 'ਤੇ ਕਾਰਵਾਈ ਕੀਤੀ ਜਾਏ, ਅਤੇ ਅਸੀਂ ਉਹਨਾਂ ਨੂੰ ਜਾਣੂ ਵੀ ਕਰਾਇਆ ਹੈ ਕਿ ਸਟੇਟ ਲੈਵਲ 'ਤੇ ਇੱਕ ਜਸਟਿਸ ਅਮਰ ਦੱਤ ਕਮੇਟੀ ਬਣੀ ਹੈ। ਉਹ ਕਮੇਟੀ ਜੋ ਵੀ ਅਗਰੀਵ ਪਾਰਟੀ ਹੈ ਇਸ ਕਮੇਟੀ 'ਤੇ ਜਾ ਕੇ ਆਪਣੀ ਗਰੀਵੈਂਸ ਰੱਖ ਸਕਦੀ ਹੈ ਅਤੇ ਉਹ ਆਪਣੀ ਇਨਕੁਆਇਰੀ ਆਪਣੇ ਲੈਵਲ 'ਤੇ ਕਰਦੇ ਨੇ। ਇਸ ਵਿੱਚ ਇਹ ਸੈਕਿੰਡ ਫਲੋਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੋਹਾਲੀ ਵਿੱਚ ਇਹ ਕਮੇਟੀ ਸਥਿਤ ਹੈ। ਐਂਡ ਉਸ ਤੋਂ ਇਲਾਵਾ ਅਸੀਂ ਇਹਨਾਂ ਦੀ ਜੋ ਐਪਲੀਕੇਸ਼ਨ ਹੈ ਸੀ ਬੀ ਐੱਸ ਈ ਐਂਡ ਜੋ ਇਨਕਾ ਐਫੀਲੇਟਿਡ ਬੋਰਡ ਹੈ ਉਹਨਾਂ ਨੂੰ ਵੀ ਅੱਗੇ ਫੋਰਵਰਡ ਕਰ ਦਾਂਗੇ ਤਾਂ ਕਿ ਉਹ ਵੀ ਸਾਰੇ ਰਿਪੋਰਟਸ ਨੂੰ ਐਗਜ਼ਾਮਿਨ ਕਰਕੇ ਯੋਗ ਕਾਰਵਾਈ ਕਰਨ। ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਅੱਜ ਜ਼ੋਰਦਾਰ ਪ੍ਰਦਰਸ਼ਨ ਕਰ 135 ਸਫਾਈ ਸੇਵਕਾਂ ਨੂੰ ਨੌਕਰੀ ਤੇ ਪੱਕੇ ਕਰਨ ਦੇ ਲਈ ਹੁਸ਼ਿਆਰਪੁਰ ਦੇ ਡਿਪਟੀ ਮੇਅਰ ਨੂੰ ਇਕ ਮੰਗ ਪੱਤਰ ਦਿੱਤਾ। ਇਸ ਮੌਕੇ ਗੱਲ ਕਰਦਿਆਂ ਸਫਾਈ ਸੇਵਕਾਂ ਦੇ ਪ੍ਰਧਾਨ ਜਗਦੀਪ ਆਦਿਆ ਨੇ ਜਿੱਥੇ ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ, ਉਥੇ ਹੀ ਉਨ੍ਹਾਂ ਕੌਂਸਲਰ ਸਰਵਣ ਸਿੰਘ ਵੱਲੋਂ ਸਫਾਈ ਸੇਵਕ ਨੂੰ ਬੋਲੇ ਗਏ ਅਪਸ਼ਬਦਾਂ ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ। ਡਿਪਟੀ ਮੇਅਰ ਪ੍ਰੇਮ ਸਿੰਘ ਨੇ ਦਸਿਆ ਕਿ ਸਫਾਈ ਕਰਮਚਾਰੀਆਂ ਦੀ ਸਮੱਸਿਆ ਦਾ ਸੀਨੀਅਰ ਮੇਅਰ ਦੇ ਆਉਣ ਤੇ ਹੱਲ ਕਰ ਦਿੱਤਾ ਜਾਵੇਗਾ। ਲੋਨਾਲਾ ਸਾਹਿਬ ਜਿੱਦਾਂ ਜਿਹੜੇ ਇੱਕ ਮੁਲਾਜ਼ਮ ਸਾਡੇ ਜਿਹੜੇ ਹੈਗੇ ਆ ਇਹ ਕੰਮ ਕਰਦੇ ਤਸੱਲੀ ਨਾਲ, ਪਰ ਜਿਹੜੇ ਕੁਛ ਐਮ ਸੀ ਆ ਜਾਂ ਪ੍ਰਧਾਨ ਆ ਉਹ ਸ਼ੋਸ਼ਣ ਕਰਦੇ ਆ ਮੁਲਾਜ਼ਮਾਂ ਦਾ। ਇਸੇ ਤਰ੍ਹਾਂ ਦਾ ਇੱਕ ਵਾਕਿਆ ਪਿਛਲੇ ਦਿਨ ਹੀ ਹੋਇਆ, 2-4 ਦਿਨ ਹੋਏ ਆ। ਐਮ ਸੀ ਸਰਵਨ ਸਿੰਘ ਜਿਹੜੇ ਹੈਗੇ ਆ ਉਹ ਸਾਡੇ ਹਾਈ ਜੀ ਦੇ ਮੇਟ ਸਾਹਿਬ ਕੋਲ ਗਏ ਆ ਉੱਥੇ ਫਗਵਾੜਾ ਚੌਂਕ, ਕੰਪਲੇਂਟ ਦੱਸਣ ਵੀ ਸਾਡੇ ਏਰੀਏ 'ਚ ਕੰਮ ਨਹੀਂ ਹੋਇਆ ਉਹਨਾਂ ਕੋਲ, ਜਦਕਿ ਪਹਿਲਾਂ ਹੀ 7-8 ਬੰਦੇ ਛੁੱਟੀ 'ਤੇ ਸੀਗੇ। ਉਹ ਕਹਿੰਦੇ ਮੇਅਰ ਸਾਹਿਬ ਵੀ ਤੁਹਾਡਾ ਕੰਮ ਹੋਇਆ ਨਾ, ਮੇਰੇ ਕੋਲ ਇੰਨੇ ਬੰਦੇ ਛੁੱਟੀ 'ਤੇ ਆ, ਮੈਂ ਤੁਹਾਡਾ ਕੰਮ ਕਰਵਾ ਦੇਣਾ। ਪਰ ਉਹ ਜਿੱਦਾਂ ਕਿ ਆਪਣੀ ਧੌਸ ਵਿੱਚ, ਆਪਣੀ ਪੋਜੀਸ਼ਨ ਦੀ ਧੌਸ ਵਿੱਚ ਉਹ ਮੇਅਰ ਉੱਥੇ ਦੇ ਮੇਅਰ ਨੂੰ ਅਪਸ਼ਬਦ ਬੋਲੇ ਆ, ਉਹਨਾਂ ਗਾਲੀ ਗਲੋਚ ਵੀ ਕੀਤਾ ਹੈ ਵਿੱਚ, ਉਹਨਾਂ ਨੇ ਇਸ ਚੀਜ਼ ਨੂੰ ਬੜਾ ਫੀਲ ਕੀਤਾ। ਬਾਕੀ ਜਿਹੜੇ 40-50 ਮੁਲਾਜ਼ਮ ਸੀਗੇ ਉਹਨਾਂ ਨੇ ਵੀ ਇਸ ਚੀਜ਼ ਨੂੰ ਬਹੁਤ ਫੀਲ ਕੀਤਾ। ਇਹ ਪ੍ਰਦਰਸ਼ਨ ਉਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਅੱਜ ਇਹਨਾਂ ਨੇ ਇੱਕ ਮੇਅਰ ਨੂੰ ਇੱਦਾਂ ਬੋਲਿਆ, ਕੱਲ੍ਹ ਨੂੰ ਮੁਲਾਜ਼ਮ ਨੂੰ ਵੀ ਬੋਲ ਸਕਦੇ ਆ। ਅਸੀਂ ਕਹਿੰਦੇ ਹਾਂ ਵੀ ਉਹ ਇੱਥੇ ਆ ਕੇ ਜਿੱਦਾਂ ਮੁਲਾਜ਼ਮਾਂ ਵਿੱਚ ਬੋਲਿਆ ਮਾਫ਼ੀ ਮੰਗਣ, ਤਾਂ ਕਿ ਅਗਲੇ ਵੀ ਜਿਹੜੇ ਇਸ ਇੱਦਾਂ ਦੀ ਸੋਚ ਰੱਖਦੇ ਆ ਉਹਨਾਂ ਨੂੰ ਵੀ ਜਾਣੀ ਕਿ ਅਕਲ ਆ ਜਾਵੇ। ਸਾਡੇ ਇੱਕ ਮੈਂਬਰ ਨੇ, ਪਹਿਲਾਂ ਸਾਡੇ ਪ੍ਰਧਾਨ ਵੀ ਰਹੇ ਆ ਕਮੇਟੀ ਦੇ, ਸਰਦਾਰ ਸਰਵਨ ਸਿੰਘ ਜੀ, 26 ਨੰਬਰ ਵਾਰਡ ਤੋਂ ਐਮ ਸੀ ਨੇ। ਉਹ ਕੰਮ ਕਿਹਾ ਅਤੇ ਉਹ ਕੰਮ ਟਾਈਮ ਸਿਰ ਹੋਇਆ ਨਹੀਂ, ਉਹਨੂੰ ਕਿ ਜਿਹੜੇ ਅਪਸ਼ਬਦ ਬੋਲਿਆ ਗਿਆ ਉਹਦੇ ਸੰਬੰਧ ਵਿੱਚ ਉਹ ਹੁਣ ਕਹਿ ਰਹੇ ਆ ਕਿ ਇੱਥੇ ਉਹ ਮੈਂਬਰ ਸਾਹਿਬ ਆਉਣ, ਮਾਫ਼ੀ ਮੰਗਣ। ਉਹਨਾਂ ਮੈਨੂੰ ਮੈਂਬਰਾਂ ਨੂੰ ਦਿੱਤਾ, ਮੈਂ ਉਹਨੂੰ ਇਹ ਗੱਲ ਕਿ ਸਾਨੂੰ ਟਾਈਮ ਦਿਓ ਸਾਨੂੰ, ਉਸ ਤੋਂ ਬਾਅਦ ਅਸੀਂ ਸਾਡੇ ਮੇਅਰ ਸਾਹਿਬ ਵੀ ਆ ਜਾਂਦੇ ਗਏ, ਫਿਰ ਬੈਠ ਕੇ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਅਤੇ ਤੁਹਾਡਾ ਮਸਲਾ ਜਿਹੜਾ ਅਸੀਂ ਹੱਲ ਕਰ ਦਿੰਦੇ ਹਾਂ। ਗੁਹਾਣਾ ਦੇ ਮੁੰਡਲਾਨਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਟਰਾਲਾ ਬੇਕਾਬੂ ਹੋ ਕੇ ਪੁਲਿਸ ਚੌਂਕੀ ਵਿੱਚ ਜਾ ਵੜਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਟਰਾਲਾ ਰਸਤੇ ਵਿਚ ਆ ਰਹੀਆਂ ਗੰਨੇ ਦੀਆਂ ਟਰੈਕਟਰ ਟਰਾਲੀਆਂ ਨੂੰ ਹਾਦਸਾਗ੍ਰਸਤ ਹੋਣ ਤੋਂ ਬਚਾਉਣ ਦੇ ਚੱਕਰ ਵਿਚ ਬੇਕਾਬੂ ਹੋ ਪੁਲਿਸ ਚੌਂਕੀ ਦੀ ਕੰਧ ਨੂੰ ਤੋੜ ਕੇ ਅੰਦਰ ਜਾ ਵੜਿਆ। ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਵੀ ਜਾਨ ਨਹੀਂ ਗਈ। इसमें करीब 8:30 बजे के आसपास की बात है, जो अभी तक जो सूचना मिली है उसके मुताबिक ये है कि एक ट्रॉली थी और जो ये गन्ने की जो मिल में जाती हैं तो वो 2 या 3 ट्रॉली जैसे वो जोड़ लेते हैं, तो एक ट्रॉली क्रॉस हो गई थी और दूसरी ट्रॉली जब निकल रही थी इस दौरान वो ट्रक जो था वो कह रहा है कि कोई गाय वाय आ गई जैसा उसने बताया है, और उसको बचाने के चक्कर में वो ट्रॉली में टकराया, फिर वो मुडलाना चौकी की दीवार तोड़ के उसमें ट्रक उसमें घुस गया।
तो उसमें अभी तक प्राइमा फेसाई तो इत्तफाकिया ही लग रहा है कि जैसा कि सरकमस्टांसेज हैं कि इत्तफाक से हुआ है, तो उसमें अभी जांच चल रही है, जैसी भी कार्रवाई होगी वो अमल में लाई जाएगी। इंडियन एक्स सर्विसमैन इमीग्रांट्स एसोसिएशन कैलगरी विखे करवाए समागम समय एसोसिएशन दे वलंटियर काम करने वाले मैंबरां नूं संसद मैंबर दर्शन सिंह कांग वल्लों भेजे प्रशंसा पत्र देके एसोसिएशन दे प्रधान हरगुरजीत सिंह मिनहास ने सन्मानित किया। उन्होंने दस्या कि सेवा मुक्त होने उपरंत इत्थे परिवारां समेत रह रहे इन्हां अफसरां वल्लों लोकां नूं एसोसिएशन राहीं सेवावां प्रदान कीतियां जांदियां हन, जिन्हां विच हर तरह के फार्म भरने अते तसदीक करने शामिल हन। उन्होंने संसद मैंबर दर्शन सिंह कांग दा ਧੰਨਵਾਦ ਕੀਤਾ ਕਿ ਜਿਨ੍ਹਾਂ ਇਹ ਉਪਰਾਲਾ ਕਰਕੇ ਸਾਡੀ ਵਲੰਟੀਅਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਮਾਣ ਬਖਸ਼ਿਆ ਏ। ਤੇ ਜਿਨ੍ਹਾਂ ਲਈ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਏ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।